ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਗੁਰਦੀਪ ਸਿੰਘ। ਅਸੀਂ ਖੜੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ ਕਿਸਾਨਾਂ ਵੱਲੋਂ 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉੱਥੇ ਹੀ ਬਹੁਤ ਸਾਰੇ ਕਿਸਾਨ ਇਕੱਠੇ ਹੋ ਕੇ ਹੁਸ਼ਿਆਰਪੁਰ ਨੂੰ ਬੰਦ ਕੀਤਾ ਗਿਆ ਹੈ। ਸਾਡੇ ਨਾਲ ਇਹ ਕੁਝ ਕਿਸਾਨ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕਿੰਨੇ ਤੋਂ ਕਿੰਨੇ ਇਹ ਆਪਣਾ ਰੋਡ ਜਾਮ ਕੀਤਾ ਹੋਇਆ ਹੈ ਤੇ ਉਹਨਾਂ ਦੇ ਅਗਲੀਆਂ ਰਣਨੀਤੀਆਂ ਕੀ ਹੋਣਗੀਆਂ। ਜੀ ਸਰ, ਤੁਸੀਂ ਕਿੰਨੇ ਤੋਂ ਕਿੰਨੇ ਇਹ ਰੋਡ ਜਾਮ ਕੀਤਾ ਹੋਇਆ ਤੇ ਅਗਲੀਆਂ ਰਣਨੀਤੀਆਂ ਕੀ ਆ? ਅਸੀਂ 9 ਵਜੇ ਤੋਂ ਰੋਡ ਜਾਮ ਕੀਤਾ ਸੀ, ਹੁਣ ਅਸੀਂ ਇਹ 3 ਵਜੇ ਤੱਕ ਇਹਨੂੰ ਰੱਖਾਂਗੇ, ਉਦੋਂ ਉਹ ਤੋਂ ਬਾਅਦ ਇਹਨੂੰ ਕਰਾਂਗੇ। ਬਾਕੀ ਜਿਹੜੀਆਂ ਦੁਕਾਨਾਂ ਆ ਉਹ ਸਾਰਾ ਦਿਨ ਬੰਦ ਆ, ਸਵੇਰ ਤੋਂ ਲੈ ਕੇ 7 ਵਜੇ ਤੱਕ। ਤੁਹਾਨੂੰ ਸਰ ਕੀ ਲੱਗਦਾ ਕਿ ਹੁਸ਼ਿਆਰਪੁਰ ਵਾਸੀਆਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਗਿਆ? ਸਾਨੂੰ ਸਾਡੀ ਆਸ ਦੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਸਮਰਥਨ ਮਿਲਿਆ, ਅਸੀਂ ਬਹੁਤ ਹੁਸ਼ਿਆਰਪੁਰ ਵਾਸੀਆਂ ਦੇ ਧੰਨਵਾਦੀ ਹਾਂ ਇਸ ਗੱਲ ਲਈ। ਕੱਲ ਕਿਸਾਨਾਂ ਵੱਲੋਂ ਸਰਕਾਰ ਨਾਲ ਮੀਟਿੰਗ ਆ, ਕੀ ਲੱਗਦਾ ਕੀ ਰਣਨੀਤੀ ਰਹੂਗੀ ਔਰ ਮੀਟਿੰਗ ਵਿੱਚ ਕੀ ਆਸਾਂ ਆ ਸਾਨੂੰ? ਜਿਹੜੀ ਰਣਨੀਤੀ ਕਿਸਾਨਾਂ ਵੱਲੋਂ ਰਹਿਣੀ ਆ ਉਹ ਤਾਂ ਉਹੀ ਆ ਜੈਸਨੋ ਦੀ, ਤੇ ਅਸੀਂ ਉਹਨਾਂ ਨੂੰ ਕਿਹਾ ਆ ਸਾਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਜਿਹੜਾ ਕੁਝ ਵੀ ਤੁਸੀਂ ਕਰਨਾ ਆ। ਜੇ ਤੁਸੀਂ ਨਹੀਂ ਕਰਨਾ ਇਹ ਹੋ ਸਕਦਾ ਉਹ ਸਾਡੇ ਕਿਸਾਨਾਂ ਵੱਲੋਂ ਉਹ ਮੀਟਿੰਗ ਰੱਦ ਵੀ ਕੀਤੀ ਜਾ ਸਕਦੀ ਆ ਜੇ ਉਹ ਨਹੀਂ ਭੇਜਦੇ। ਉਹਨਾਂ ਨੇ ਇਹ ਗੱਲ ਹੋਈ ਜੋ ਵੀ ਤੁਸੀਂ ਮੰਨਣਾ ਉਹ ਸਾਨੂੰ ਦੱਸੋ ਕੀ ਮੰਨ ਰਹੇ ਆ ਤੁਸੀਂ। ਪਹਿਲਾਂ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਗਿਆ ਔਰ ਪ੍ਰੋਟੈਸਟ ਨੂੰ ਰੱਦ ਕਰਨ ਦੇ ਲਈ ਪ੍ਰੋਟੈਸਟ ਵਿੱਚ ਆਪਣੇ ਕਈ ਉਹਨਾਂ ਨੇ ਸਟੂਡੈਂਟ ਭੇਜੇ, ਕਈ ਰਣਨੀਤੀਆਂ ਅਪਣਾ ਰਹੇ ਆ ਕਿ ਜੇ ਤੁਸੀਂ ਕੱਲ੍ਹ ਦੀ ਮੀਟਿੰਗ ਰੱਦ ਕਰਦੇ ਆ ਤੁਹਾਨੂੰ ਲੱਗਦਾ ਕਿ ਸਰਕਾਰ ਹੋਰ ਵੀ ਰਣਨੀਤੀਆਂ ਅਪਣਾਉਣਗੀ? ਦੇਖੋ ਸਰਕਾਰ ਨੇ ਆਪਣੇ ਹੱਥ ਕੰਡੇ ਕਰਨੇ ਹੀ ਆ, ਉਹ ਬਹੁਤ ਕੁਝ ਕਰ ਰਹੇ ਆ, ਉਹ ਕਦੇ ਖਾਲਿਸਤਾਨੀ ਕਦੇ ਨਕਸਲਾਈਟ ਉਹ ਕਹਿ ਕੇ ਉਹ, ਪਰ ਉਹਨਾਂ ਦੀ ਗੱਲ ਚੱਲੀ ਨਹੀਂ। ਤੇ ਉੱਥੇ ਲੋਕਾਂ ਨੇ ਇਹ ਕਿਹਾ ਹਰਿਆਣਵੀਆਂ ਨੇ ਜੇ ਇਹ ਖਾਲਿਸਤਾਨੀ ਆ ਕਿਸਾਨ ਤਾਂ ਅਸੀਂ ਵੀ ਖਾਲਿਸਤਾਨੀ ਆ, ਜੇ ਨਕਸਲਾਈਟ ਵਾ ਤਾਂ ਅਸੀਂ ਵੀ ਨਕਸਲਾਈਟ ਆ। ਤੇ ਜੋਗਿੰਦਰ ਯਾਦਵ ਨੇ ਵੀ ਇਹ ਕਿਹਾ ਜੇ ਤੁਸੀਂ ਖਾਲਿਸਤਾਨੀ ਕਹਿ ਰਹੇ ਕਿਸਾਨਾਂ ਨੂੰ ਤੇ ਮੈਂ ਤਾਂ ਆਪ ਖਾਲਿਸਤਾਨੀ ਆ ਫਿਰ। ਇਸ ਕਰਕੇ ਉਹਨਾਂ ਦੀ ਇਹ ਰਣਨੀਤੀ ਜਿਹੜੀ ਉਹ ਬਿਲਕੁਲ ਫੇਲ ਹੋ ਚੁੱਕੀ ਆ, ਤੇ ਹੋਰ ਕੋਈ ਨਵਾਂ ਪੈਂਤੜਾ ਉਹ ਲੈ ਸਕਦੇ ਆ ਕਿਸੇ ਕਿਸਮ ਦਾ, ਪਰ ਉਹ ਸਾਰੀ ਤਰ੍ਹਾਂ ਫੇਲ ਹੋ ਗਏ ਆ, ਉਹ ਐਜੀਟੇਸ਼ਨ ਨੂੰ ਬਦਨਾਮ ਨਹੀਂ ਕਰ ਸਕਦੇ। ਸਰਕਾਰਾਂ ਕਹਿ ਰਹੀਆਂ ਕਿ ਅਸੀਂ ਇਸ ਬਿੱਲ ਦੇ ਵਿੱਚ ਸੋਧ ਕਰਾਂਗੇ, ਪਰ ਕਿਸਾਨ ਜੈਸ ਤੇ ਨੋ ਤੇ ਅੜੇ ਹੋਏ ਆ, ਤੇ ਕੀ ਲੱਗਦਾ ਕਿ ਕਿਸਾਨ ਇਹਨਾਂ ਦੀ ਇਹ ਗੱਲਾਂ ਮੰਨਣਗੀ? ਦੇਖੋ ਜਿੱਥੇ ਤੱਕ ਸਾਨੂੰ ਆਸ ਵਾ ਉਹ ਜ਼ਰੂਰ ਮੰਨਣਗੇ, ਕਿਉਂਕਿ ਉਹ ਫੇਸ ਸੇਵਿੰਗ ਕਰ ਰਹੇ ਆ, ਉਹਨਾਂ ਦਾ ਚਿਹਰਾ ਕਿਵੇਂ ਬਚਦਾ ਆ ਉਹਨੂੰ ਬਚਾਉਣ ਖਾਤਰ ਉਹ ਇਹਨੂੰ ਲਮਕਾ ਰਹੇ ਆ। ਤੇ ਕਿਸੇ ਵੇਲੇ ਇਹ ਕਹਿ ਦੇਣਗੇ ਕਿ ਅਸੀਂ ਤਾਂ ਕਿਸਾਨਾਂ ਦੇ ਬਹੁਤ ਵੱਡੇ ਹਮਦਰਦ ਹਾਂ, ਇਸ ਕਰਕੇ ਅਸੀਂ ਜਿਹੜੇ ਆ ਹੋ ਸਕਦਾ ਉਹ ਸਸਪੈਂਡ ਕਰਨ ਇਹਨਾਂ ਨੂੰ ਬਿੱਲਾਂ ਨੂੰ ਪਹਿਲਾਂ, ਅਸੀਂ ਲਾਗੂ ਨਹੀਂ ਕਰਦੇ ਤੇ ਉਹ ਤੋਂ ਬਾਅਦ ਉਹ ਵਾਪਸ ਲੈਣ। ਪਰ ਸਾਡਾ ਵੀ ਇਹ ਪੈਂਤੜਾ ਆ ਕਿ ਜੇ ਅਸੀਂ ਜਿੱਦਾਂ ਮੋਦੀ ਕਹਿੰਦਾ ਸੀ ਜੇ ਅਭੀ ਨਹੀਂ ਤਾਂ ਕਭੀ ਨਹੀਂ, ਮਲ ਮੰਦਰ ਬਣਾਉਣਾ ਆ, CIA ਲਾਗੂ ਕਰਨਾ ਆ, ਉੱਥੇ ਦਾ ਕਸ਼ਮੀਰ ਦਾ ਜਿਹੜਾ ਹੈਗਾ ਸਟੇਟਸ ਬਦਲਣਾ ਆ, ਉਹੀ ਤਰ੍ਹਾਂ ਸਾਡਾ ਵੀ ਆ ਜੇ ਅਭੀ ਨਹੀਂ ਤਾਂ ਕਭੀ ਨਹੀਂ। ਜੇ ਹੁਣ ਐਡੇ ਵੱਡੇ ਸਾਡੀ ਐਜੀਟੇਸ਼ਨ 'ਚ ਨਹੀਂ ਮੰਨਿਆ ਜਾਂਦਾ ਤਾਂ ਸਾਨੂੰ ਆਸ ਵਾ ਇਹ ਸਾਤੋਂ ਫੇਰ ਨਹੀਂ ਹੋਣਾ ਕੁਛ ਐਡਾ। ਜਿਵੇਂ ਕਿ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹ ਕੋਈ ਵੀ ਵਧੀਆ ਸਿੱਟਾ ਨਹੀਂ ਨਿਕਲਿਆ, ਪਰ ਮੋਦੀ ਜੀ ਆਪ ਵੀ ਉੱਥੇ ਲਾਈਵ ਨਹੀਂ ਹੋਏ, ਮੋਦੀ ਨੇ ਕਿਸੇ ਮੀਟਿੰਗ ਨੂੰ ਅਟੈਂਡ ਨਹੀਂ ਕੀਤਾ, ਉਹਨਾਂ ਦੇ ਕਰਿੰਜਾ ਨਹੀਂ ਕੀਤਾ, ਕੀ ਤੁਹਾਨੂੰ ਲੱਗਦਾ ਕਿ ਮੋਦੀ ਇਸ ਮੀਟਿੰਗ ਨੂੰ ਅਟੈਂਡ ਕਰਨਗੇ? ਨਹੀਂ, ਮੋਦੀ ਨੇ ਹਾਲੇ ਵੀ ਮੀਟਿੰਗ ਅਟੈਂਡ ਨਹੀਂ ਕਰਨੀ, ਮੋਦੀ ਨੇ ਉਹੀ ਮੀਟਿੰਗ ਅਟੈਂਡ ਕਰਨੀ ਆ, ਮੀਟਿੰਗ ਸ਼ਾਇਦ ਕੋਈ ਵੀ ਨਾ ਅਟੈਂਡ ਕਰੇ, ਉਹ ਮੰਨ ਲਓ ਜਦੋਂ ਉਹਨੂੰ ਅਨਾਊਂਸ ਕਰਨਾ ਹੋਇਆ ਉਸ ਵੇਲੇ ਕਰਨਗੇ, ਕਿਉਂਕਿ ਇਹ ਜੂਨੀਅਰ ਮੰਤਰੀ ਆ, ਇਹਨਾਂ ਦੀ ਬੇਇੱਜ਼ਤੀ ਹੋ ਜਾਵੇ ਕੁਛ ਹੋ ਜਾਵੇ ਉਹਨੂੰ ਇਹਨਾਂ ਨਾਲ ਕੋਈ ਸਮਦਰਦੀ ਨਹੀਂ, ਉਹ ਆਪਣੀ ਬੇਇੱਜ਼ਤੀ ਨਹੀਂ ਕਰਵਾਉਣਾ ਚਾਹੁੰਦਾ। ਇੱਕ ਗੱਲ ਜਿਹੜੀ ਸਾਫ਼ ਗੱਲ ਆ, ਮੰਤਰੀਆਂ ਦੀ ਹਾਲਤ ਦੇਖੋ, ਸੋਮ ਪ੍ਰਕਾਸ਼ ਹੱਥ ਜੋੜ ਕੇ ਖੜਾ ਹੋ ਗਿਆ ਮੇਰੇ ਕਰਕੇ, ਮੈਂ ਪੰਜਾਬ ਦਾ ਆ, ਮੈਂ ਹੁਸ਼ਿਆਰਪੁਰ ਦਾ ਆ, ਮੈਨੇ ਮੇਰੇ ਕਰਕੇ ਤੁਸੀਂ ਬੈਠ ਜਾਓ। ਕਿਸਾਨਾਂ ਨੇ ਉਹਦੀ ਗੱਲ ਸੁਣੀ ਤੇ ਉਹਨੂੰ ਇਹ ਵੀ ਕਿਹਾ ਤੂੰ ਰਿਜ਼ਾਈਨ ਦੇ ਦੇ, ਅਸੀਂ ਤੈਨੂੰ ਹੱਥਾਂ ਦੇ ਚੱਕ ਲਵਾਂਗੇ, ਅਸੀਂ ਤੈਨੂੰ ਕੱਲ ਨੂੰ ਮੁੱਖ ਮੰਤਰੀ ਬਣਾ ਦੇਵਾਂਗੇ ਪੰਜਾਬ ਦਾ। ਮੰਨ ਸਾਡੀ ਜਿਹੜੀ ਸਟ੍ਰੈਟਜੀ ਆ, ਅਸੀਂ ਵੀ ਚਾਹੁੰਦੇ ਹਾਂ ਅਸੀਂ ਵੀ ਉਹਨਾਂ ਨੂੰ ਜਿੰਨਾ ਕੁ ਤੋੜ ਸਕੀਏ ਉਹਨਾਂ ਨੂੰ ਤੋੜਾਂਗੇ, ਤੇ ਜੋ ਸਾਤੋਂ ਲੈ ਹੋਊਗਾ ਇਸੇ ਢੰਗ ਨਾਲ ਲੈ ਹੋਣਾ, ਜੇ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲੋਂ ਵੱਖਰਾ ਕਰਦੇ ਹਾਂ। ਤੁਹਾਨੂੰ ਲੱਗਦਾ ਨਹੀਂ ਕਿ ਜਿਲ੍ਹੇ ਇਲੈਕਸ਼ਨ ਹੁੰਦੇ ਆ ਤੇ ਮੋਦੀ ਸਾਰੇ ਘੁੰਮਦੇ ਆ, ਇਹ ਸਾਰੇ ਪ੍ਰਚਾਰ ਕਰਦੇ ਆ, ਪਰ ਹੁਣ ਕਿਸਾਨਾਂ ਦੇ ਹੱਕ 'ਚ ਕੋਈ ਨਹੀਂ ਖੜਾ ਹੈਗਾ, ਪ੍ਰਚਾਰ ਕਰਨ ਵੀ ਨਹੀਂ ਆਏ, ਦੇਖਣ ਵੀ ਨਹੀਂ ਆਏ ਮੋਦੀ ਹੁਣੀ? ਦੇਖੋ ਉਹ ਐਕਚੁਅਲੀ ਉਹ ਸਾਡਾ ਨੁਮਾਇੰਦਾ ਨਹੀਂ, ਉਹ ਕਿਸਾਨਾਂ ਦਾ ਨੁਮਾਇੰਦਾ ਨਹੀਂ, ਪ੍ਰਧਾਨ ਮੰਤਰੀ ਹੁੰਦਾ ਜਿਹੜਾ ਉਹ ਦੇਸ਼ ਦਾ ਹੁੰਦਾ, ਉਹ ਦੇਸ਼ ਦਾ ਨਹੀਂ ਹੈਗਾ, ਉਹ ਅਡਾਨੀਆਂ ਅਬਾਨੀਆਂ ਦੇ ਕਾਰਪੋਰੇਟ ਘਰਾਣਿਆਂ ਦਾ ਹੀ ਨੁਮਾਇੰਦਾ ਆ, ਇਸ ਕਰਕੇ ਉਹ ਸਾਡੀ ਕਿਉਂ ਸੁਣੂਗਾ, ਉਹਨੇ ਨਹੀਂ ਸੁਣਨੀ ਸਾਡੀ।
ਸਾਡੇ ਨਾਲ ਹੋਰ ਵੀ ਕਿਸਾਨ ਆਗੂ ਆ ਉਹਨਾਂ ਤੋਂ ਜਾਣਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਵੀ ਮੋਦੀ ਸਾਹਿਬ ਜਿਹੜਾ ਹੈ ਨਾ ਉਡਮਾਨੀ ਦੀ ਭਾਸ਼ਾ ਬੋਲਣੀ ਸਾਡੀ ਭਾਸ਼ਾ ਨੂੰ ਬੋਲਣੀ ਜੇ ਉਹਨੂੰ ਜ਼ਿਮੀਂਦਾਰਾਂ ਨਾਲ ਹਮਦਰਦ ਹੋਵੇ ਤੇ ਜ਼ਿਮੀਂਦਾਰਾਂ ਦੇ ਵਿੱਚ ਆ ਕੇ ਬੈਠੇ ਤਜਲੇ ਮਸਲੇ ਹੱਲ ਹੁੰਦੇ ਆ ਜੇ ਜ਼ਿਮੀਂਦਾਰਾਂ ਦੇ ਵਿੱਚ ਆ ਕੇ ਨਾ ਬੈਠੇ ਤੇ ਦੂਰ ਬੈਠਣਾ ਥੋੜ੍ਹਾ ਮਸਲੇ ਹੱਲ ਹੁੰਦੇ ਆ ਵੱਡੀ ਚੀਜ਼ ਤਾਂ ਇਹ ਆ ਵੀ ਜ਼ਿਮੀਂਦਾਰਾਂ ਦੇ ਆਓ ਜ਼ਿਮੀਂਦਾਰਾਂ ਦੇ ਵਿੱਚ ਬਹਿ ਕੇ ਗੱਲ ਕਰੋ ਤਾਂ ਕਿ ਜ਼ਿਮੀਂਦਾਰਾਂ ਨੂੰ ਦੱਸੋ ਵੀ ਸਾਡੇ ਨਾਲ ਮਸਲਾ ਹੱਲ ਕਰਦੇ ਆ ਤੇ ਸਾਡੇ ਨਾਲ ਸਹਿਮਤੀ ਆ ਜਦ ਹੋਰ ਸਾਡੇ ਸੂਬੇ ਇਕੱਠੇ ਹੁੰਦੇ ਆ ਉਹਦਾ ਵੀ ਫਰਜ਼ ਬਣਦਾ ਆ ਜੇ ਵੋਟਾਂ ਦੇ ਕੇ ਉਹਨੂੰ ਅਸੀਂ ਜਾਈ ਕੀਤਾ ਉਹਦਾ ਫਰਜ਼ ਨਹੀਂ ਬਣਦਾ ਹਿੰਦੁਸਤਾਨ ਦਾ ਭਾਰਤ ਵਾ ਜੇ ਪਰਜਾ ਦੁਖੀ ਆ ਪਰਜਾ ਦੁਖੀ ਆ ਤਾਂ ਫਿਰ ਉਹਦਾ ਪ੍ਰਧਾਨ ਮੰਤਰੀ ਬਣਨ ਦਾ ਕੀ ਹੱਲ ਕਿਸਾਨਾਂ ਤੋਂ ਜਾਣਦੇ ਆ ਕਿ ਜੇ ਉਹਨਾਂ ਦੀ ਕੱਲ੍ਹ ਦੀ ਮੀਟਿੰਗ ਸਕਸੈਸਫੁਲ ਨਾ ਹੋਈ ਤੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੀਆਂ ਰਣਨੀਤੀਆਂ ਕੀ ਹੋਣਗੀਆਂ ਆਲ ਇੰਡੀਆ ਕਿਸਾਨ ਸਭਾ ਕਮਲਜੀਤ ਸਿੰਘ ਰਾਜਪੁਰ ਭਾਈਆਂ ਇਹ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਆ ਇਹਨਾਂ ਨੂੰ ਤਿੰਨੇ ਕਾਲੇ ਕਾਨੂੰਨਾਂ ਨੂੰ ਅਤੇ ਪਰਾਲੀ ਦਾ ਜਿਹੜਾ 1,00,000 ਰੁਪਈਆ ਕਰੋੜ ਰੁਪਈਆ ਕਹਿੰਦਾ ਅਸੀਂ ਜੁਰਮਾਨਾ ਲਾਵਾਂਗੇ ਇਹ ਬਿਲਕੁਲ ਮਾਫ਼ ਕਰਾ ਕੇ ਰਹਾਂਗੇ ਔਰ ਪਿੱਛੇ ਵਾਪਸ ਕਰਕੇ ਰਹਾਂਗੇ ਔਰ ਜਦੋਂ ਇਹ ਲੋਕਾਂ ਤੋਂ ਇਹ ਗੱਲ ਕਹਾਉਂਦਾ ਜ਼ਬਰਦਸਤੀ ਕਹਾਉਂਦਾ ਮੋਦੀ ਹੈ ਤਾਂ ਮੁਮਕਿਨ ਹੈ ਪਰ ਉਹਨੂੰ ਇਸ ਗੱਲ 'ਤੇ ਮਜਬੂਰ ਹੋਣਾ ਪਊਗਾ ਕਿਸਾਨੀ ਹੈ ਤਾਂ ਮੁਮਕਿਨ ਹੈ ਜੇ ਕਿਸਾਨ ਹੋਣਗੇ ਤੇ ਸਭ ਦੇਸ਼ ਹੋਊਗਾ ਨਹੀਂ ਤਾਂ ਦੇਸ਼ ਬਰਬਾਦ ਹੋ ਜਾਊਗਾ ਅੱਜ ਬੱਚੇ ਬੱਚੇ ਦੀ ਜਵਾਨੀ ਆ ਕਿਸਾਨ ਮਜ਼ਦੂਰ ਮੁਲਾਜ਼ਮ ਹਰ ਬੱਚਾ ਹਰ ਵਰਗ ਬਾਹਰਲੇ ਮੁਲਕ ਜਿੰਨੇ ਵੀ ਆ ਔਰ ਇੰਡੀਆ ਦੇ ਵਿੱਚ ਜਿੰਨੇ ਵਰਗ ਆ ਦੁਕਾਨ ਤੋਂ ਲੈ ਕੇ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਇਸ ਗੱਲ ਦਾ ਆ ਵੀ ਅਸੀਂ ਇਸ ਕਿਸਾਨੀ ਦੇ ਨਾਲ ਜੁੜੇ ਹਾਂ ਕਿਸਾਨੀ ਦੇ ਨਾਲ ਆ ਜਿੰਨੇ ਆਪਣੇ ਪਲੇਅਰ ਆ ਜਿੰਨੇ ਹਾਕੀ ਦੇ ਜਾਂ ਹੋਰ ਵੀ ਆ ਚੈਂਪੀਅਨ ਆ ਉਹ ਸਾਰੇ ਆਪਣੇ ਜਿਹੜੇ ਵੀ ਉਹਨਾਂ ਨੂੰ ਇਨਾਮ ਮਿਲੇ ਉਹ ਵਾਪਸ ਹੋ ਗਏ ਆ ਔਰ ਵਾਪਸ ਕਰ ਰਹੇ ਆ ਔਰ ਬੱਚਾ ਬੱਚਾ ਇਸ ਸੰਘਰਸ਼ ਨਾਲ ਜੁੜ ਰਿਹਾ ਜਿੱਤ ਕੇ ਮੁੜਾਂਗੇ ਜਿੱਤ ਕੇ ਔਰ ਮੋਦੀ ਦੀ RSS ਔਰ ਜਿਹੜੇ ਇਹਨਾਂ ਦੀ ਭਾਜਪਾ ਸਰਕਾਰ ਆ ਮੋਦੀ ਦਾ ਇਹ ਬਿਲਕੁਲ ਵਾਪਸ ਕਰਕੇ ਰਹਾਂਗੇ ਔਰ ਜਦ ਤੱਕ ਸਾਡੇ ਕਾਨੂੰਨ ਅਸੀਂ ਸਾਡੇ ਹੱਕ 'ਚ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹ ਬਿਲਕੁਲ ਇਸ ਗੱਲ ਦੇ ਪਿੱਛੇ ਵਾਪਸ ਨਹੀਂ ਆਵਾਂ ਘਰਾਂ ਨੂੰ ਨਹੀਂ ਜਾਵਾਂਗੇ ਜਿੱਤ ਕੇ ਵਾਪਸ ਜਾਵਾਂਗੇ ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ ਆ ਜੈ ਜਨਤਾ ਜੈ ਸੰਘਰਸ਼ ਸਾਡੇ ਨਾਲ ਕਿਸਾਨ ਆਗੂ ਸੀ ਜਿਹਨਾਂ ਦਾ ਇਹ ਕਹਿਣਾ ਹੈ ਕਿ ਜਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਆਪਣਾ ਸੰਘਰਸ਼ ਇੱਦਾਂ ਹੀ ਜਾਰੀ ਰੱਖਣਗੇ ਕੈਮਰਾ ਪਰਸਨ ਹੈਪੀ ਦੇ ਨਾਲ ਗੁਰਦੀਪ ਸਿੰਘ ਦਾ TV NRI ਹੁਸ਼ਿਆਰਪੁਰ